ਸ਼ਬਦੈ ਕਾ ਨਿਬੇੜਾ ਸੁਣ ਤੂੰ ਔਧੂ ਬਿਨ ਨਾਮੈ ਜੋਗ ਨਾ ਹੋਈ। ਇੱਥੇ ਸ਼ਬਦ ਦਾ ਅਰਥ ਹੈਗਾ ਉਪਦੇਸ਼। ਸ਼ਬਦੈ ਕਾ ਦਾ ਮਤਲਬ ਸਾਰੇ ਸ਼ਬਦ ਦਾ, ਸਾਰੇ ਉਪਦੇਸ਼ ਦਾ, ਜਿਹੜੀ ਗੱਲਬਾਤ ਹੋਈ ਹੈ ਉਹ ਸਾਰੇ ਦਾ, ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹੈ, ਗੁਰੂ ਦੀ ਜੋ ਸ਼ਬਦ ਹੈ ਵਿਚਾਰਧਾਰਾ ਹੈ, ਉਹ ਸਾਰੇ ਦਾ ਨਿਚੋੜ ਉਹਨੂੰ ਕਹਿ ਰਹੇ ਨੇ। ਨਿਬੇੜਾ ਦਾ ਮਤਲਬ ਫੈਸਲਾ, ਸਾਰ, ਕਿ ਸਾਰੇ ਦਾ ਸਾਰ ਦੱਸ ਰਹੇ ਨੇ ਕਿ ਹੇ ਜੋਗੀ, ਸਾਰੇ ਸ਼ਬਦ ਦਾ ਉਪਦੇਸ਼ ਸਾਰ ਤੱਤ ਇਹ ਹੈ ਕਿ ਬਿਨ ਨਾਵੇਂ ਜੋਗ ਨਾ ਹੋਈ। ਨਾਵੇਂ ਦਾ ਮਤਲਬ ਨਾਮ, ਯਾਨੀ ਪ੍ਰਭੂ ਦਾ ਹੁਕਮ, ਕਿ ਹੁਕਮ ਤੋਂ ਬਿਨਾਂ ਪ੍ਰਭੂ ਦੇ ਨਾਲ ਜੁੜਨਾ ਨਹੀਂ ਹੁੰਦਾ, ਮੇਲ ਨਹੀਂ ਹੁੰਦਾ। ਜੋਗ ਦਾ ਮਤਲਬ ਮੇਲ, ਨਾਵੇਂ ਦਾ ਮਤਲਬ ਹੁਕਮ, ਕਿ ਹੁਕਮ ਰਜ਼ਾਈ ਚੱਲਣ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਸੰਭਵ ਨਹੀਂ ਹੈ। ਜੋਗ ਦਾ ਮਤਲਬ ਮਿਲਣਾ, ਜੋੜ। ਤਾਂ ਹੇ ਜੋਗੀ, ਸਾਰੇ ਉਪਦੇਸ਼ ਦਾ ਸਾਰ ਇਹ ਹੈ ਕਿ ਪ੍ਰਭੂ ਦੇ ਹੁਕਮ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਸਾਰੀ ਸਿੱਧ ਗੋਸ਼ਟ ਦਾ ਜੋ ਵਿਚਾਰ ਗੁਰੂ ਪਾਤਸ਼ਾਹ ਜੀ ਦੇ ਰਹੇ ਨੇ, ਔਰ ਸਿੱਧ ਗੋਸ਼ਟ ਦਾ ਜੋ ਕੇਂਦਰੀ ਭਾਵ ਹੈ ਉਹ ਵੀ ਆਪਨੇ ਰਹਾਉ ਦੀਆਂ ਪੰਕਤੀਆਂ ਵਿੱਚ ਪੜ੍ਹਿਆ ਸੀ ਕਿ ਕਿਆ ਭਵੀਏ ਸੱਚ ਸੁੱਚਾ ਹੋਏ, ਕਿ ਜੰਗਲਾਂ ਵਿੱਚ ਫਿਰਨ ਦਾ, ਭਟਕਣ ਦਾ, ਹੋਰ ਕਰਮ ਕਰਨ ਦਾ ਕੋਈ ਲਾਭ ਨਹੀਂ ਹੈ। ਸੱਚ ਰਾਹੀਂ ਬੰਦਾ ਸੁੱਚਾ ਹੁੰਦਾ ਹੈ। ਜੇ ਮਨ, ਵਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਏ ਤਾਂ ਇਹੀ ਉਪਦੇਸ਼ ਹੈ, ਇਹੀ ਸੱਚ ਦਾ ਮਾਰਗ ਹੈ, ਇਹੀ ਸਚਿਆਰ ਹੋਣ ਦਾ ਰਾਸਤਾ। ਨਾਮੇ ਰਾਤੇ ਅਨਦਿਨ ਮਾਤੇ, ਨਾਮੇ ਤੇ ਸੁਖ ਹੋਈ। ਨਾਮੇ ਰਾਤੇ, ਨਾਮੇ ਰਾਤੇ ਦਾ ਮਤਲਬ ਪ੍ਰਭੂ ਦੇ ਹੁਕਮ ਦੇ ਅੰਦਰ ਜੋ ਰੰਗੇ ਗਏ। ਅਨਦਿਨ ਮਾਤੇ, ਇਹਨੂੰ ਮਾਤੇ ਨਹੀਂ ਪੜ੍ਹਨਾ, ਮਾਤੇ ਕਰਕੇ ਥੋੜਾ ਭਾਰਾ ਕਰਕੇ ਮਾਤੇ। ਤੇ ਜੋ ਲੋਕ ਪ੍ਰਭੂ ਦੇ ਹੁਕਮ ਵਿੱਚ ਰੱਤੇ ਰਹਿੰਦੇ ਨੇ, ਅਨਦਿਨ ਮਾਤੇ, ਉਹ ਹਮੇਸ਼ਾ ਮਤਵਾਲੇ ਨੇ, ਉਹ ਹਮੇਸ਼ਾ ਮਸਤ ਨੇ, ਬੇਪਰਵਾਹ ਨੇ। ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੈ ਕਿ ਹਰ ਸ਼ੈ, ਹਰ ਕਰਮ ਰੱਬੀ ਹੁਕਮ ਦੇ ਅੰਦਰ ਹੀ ਹੁੰਦਾ ਹੈ, ਔਰ ਹੁਕਮ ਦੇ ਅੰਦਰ ਜੀਵਣਾ ਹੀ ਸਫਲ ਜੀਵਨ ਹੈ। ਔਰ ਉਹਨਾਂ ਨੂੰ ਪਤਾ ਹੈ ਨਾਮੇ ਤੇ ਸੁੱਖ ਹੋਈ, ਕਿ ਹੁਕਮ ਤੋਂ ਹੀ ਸੁੱਖ ਮਿਲਦਾ ਹੈ, ਰੱਬੀ ਗੁਣਾਂ ਦੀ ਧਾਰਨੀ ਹੋਣ ਤੋਂ ਹੀ ਸੁੱਖ ਮਿਲ ਸਕਦਾ ਹੈ, ਵੈਸੇ ਨਹੀਂ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਨਾਮੇ ਦਾ ਮਤਲਬ ਹੁਕਮ, ਪ੍ਰਭੂ ਦੇ ਹੁਕਮ ਰਾਹੀਂ ਸਭ ਕੁਛ ਪ੍ਰਗਟ ਹੁੰਦਾ ਹੈ। ਹੁਕਮ ਦੇ ਵਿੱਚ ਤੁਰਨ ਵਾਲੇ ਨੂੰ ਹੀ ਮਾਣ, ਆਦਰ, ਸਤਿਕਾਰ ਮਿਲਦਾ ਹੈ। ਨਾਮੇ ਸੋਝੀ ਪਾਈ ਦਾ ਮਤਲਬ ਹੁਕਮ ਤੋਂ ਹੀ ਸਾਰੀ ਸੂਝ ਮਿਲਦੀ ਹੈ, ਸਾਰੀ ਸਮਝ ਮਿਲਦੀ ਹੈ। ਹੁਕਮ ਦੇ ਅੰਦਰ ਰਹਿ ਕੇ ਹੀ ਸਾਰੀ ਸੂਝ ਮਿਲੇਗੀ। ਜੇ ਅਸੀਂ ਕਿਸੇ ਵੀ ਸਿਸਟਮ ਨੂੰ ਫੋਲੋ ਕਰਾਂਗੇ ਤਾਂ ਸਾਨੂੰ ਸੂਝ ਔਰ ਸਮਝ, ਗਿਆਨ ਹੋਏਗਾ, ਸਿਸਟਮ ਦੇ ਅੰਦਰ ਹੋਏਗਾ। ਤੁਸੀਂ ਬੱਚੇ ਦੇ ਜਨਮ ਤੋਂ ਲੈ ਕੇ ਤੇ ਉਸ ਦਾ ਵਿਕਾਸ ਔਰ ਅਖੀਰ ਬੰਦੇ ਦੇ ਮਰਨ ਤੱਕ ਅਸੀਂ ਇਹ ਚੀਜ਼ ਅਨੁਭਵ ਕਰ ਸਕਦੇ ਹਾਂ ਕਿ ਹਰ ਸ਼ੈ ਸਿਸਟਮ ਦੇ ਅੰਦਰ ਹੋ ਰਹੀ ਹੈ। ਹੁਕਮ ਦੇ ਅੰਦਰ ਹੀ ਸਾਨੂੰ ਸੂਝ ਔਰ ਸਮਝ ਪੈਂਦੀ ਹੈ। ਬੱਚਾ ਜੰਮਦਿਆਂ ਹੀ ਪਹਿਲੇ ਦਿਨ ਬੋਲਣ ਨਹੀਂ ਲੱਗ ਜਾਂਦਾ, ਤੁਰਨ ਨਹੀਂ ਲੱਗ ਜਾਂਦਾ, ਸਿਸਟਮ ਦੇ ਅੰਦਰ ਚੱਲ ਕੇ ਹੀ ਉਸਨੂੰ ਬੋਲਣ ਦੀ, ਤੁਰਨ ਦੀ, ਹਰ ਸ਼ੈ ਦੀ ਸਮਝ ਪੈਂਦੀ ਹੈ। ਜਦੋਂ ਅਸੀਂ ਸਿਸਟਮ ਨੂੰ ਸਮਝਾਂਗੇ ਤਾਂ ਸਾਨੂੰ ਸੁੱਖ ਦੁੱਖ ਦਾ ਵੀ ਮਹਿਸੂਸ ਹੋਏਗਾ ਕਿ ਸਾਰੇ ਸੁੱਖ ਔਰ ਦੁੱਖ ਹੁਕਮ ਦੇ ਵਿੱਚ ਹੀ ਨੇ। ਜੇ ਅਸੀਂ ਸਿਸਟਮ ਨੂੰ ਸਹੀ ਫੋਲੋ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਨੇ, ਜੇ ਸਿਸਟਮ ਨੂੰ ਫੋਲੋ ਨਹੀਂ ਕਰਦੇ ਤਾਂ ਦੁੱਖ ਨੇ। ਜਿੰਨੀਆਂ ਵੀ ਕਾਢਾਂ ਹੋਈਆਂ ਨੇ, ਜੋ ਵੀ ਵਿਕਾਸ ਹੋਇਆ ਹੈ, ਇਹ ਸਾਰਾ ਸਿਸਟਮ ਨੂੰ ਸਮਝ ਕੇ ਹੀ ਹੋਇਆ ਹੈ। ਬਿਨ ਨਾਵੇਂ ਭੇਖ ਕਰਹਿ ਬਹੁ ਤੇਰੇ, ਸੱਚੈ ਆਪ ਖੁਆਈ। ਖੁਆਈ ਦਾ ਮਤਲਬ ਹੈ ਖੁਆਰ ਕਰਨਾ। ਬਿਨ ਨਾਵੇਂ, ਪ੍ਰਭੂ ਦੇ ਹੁਕਮ ਤੋਂ ਬਿਨਾਂ ਬਹੁਤ ਸਾਰੇ ਲੋਕ ਭੇਖ ਧਾਰਨ ਕਰਦੇ ਫਿਰਦੇ ਨੇ। ਬਿਨ ਨਾਵੇਂ ਭੇਖ ਕਰੇ ਬਹੁ ਤੇਰੇ, ਕਿ ਹੁਕਮ ਰਜ਼ਾ ਦੇ ਵਿੱਚ ਨਾ ਚੱਲ ਕੇ, ਹੁਕਮ ਨੂੰ ਨਾ ਸਮਝ ਕੇ, ਹੁਕਮ ਦੀ ਸੂਝ ਸਮਝ ਤੋਂ ਬਿਨਾਂ ਬਹੁਤ ਸਾਰੇ ਲੋਕ ਭੇਖ ਕਰਦੇ ਫਿਰਦੇ ਨੇ। ਭੇਖ ਕਰਨ ਦਾ ਮਤਲਬ ਵੀ ਧਾਰਮਿਕ ਪਹਿਨਾਵੇ ਪਹਿਨਦੇ ਨੇ। ਕਿੰਨੇ ਸਾਰੇ ਲੋਕ ਨੇ ਜਿਨ੍ਹਾਂ ਨੇ ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ, ਧਾਰਮਿਕ ਚਿੰਨ ਧਾਰਨ ਕੀਤੇ ਹੋਏ ਨੇ, ਲੇਕਿਨ ਹੁਕਮ ਦੀ ਸੂਝ ਨਹੀਂ। ਜੇ ਉਹ ਹੁਕਮ ਵਿੱਚ ਨਹੀਂ ਤੁਰਦੇ, ਹੁਕਮ ਨੂੰ ਨਹੀਂ ਸਮਝਦੇ, ਕਿਸੇ ਨਿਯਮ ਨੂੰ ਫੋਲੋ ਨਹੀਂ ਕਰਦੇ, ਸੱਚਾਈ ਦੇ ਨਾਲ ਨਹੀਂ ਜੁੜਦੇ, ਤਾਂ ਜਿਹੜੇ ਨਿਰੇ ਭੇਖ ਨੇ ਨਾ, ਨਿਰੇ ਭੇਖ, ਉਹ ਕਦੇ ਵੀ ਸੁੱਖ ਨਹੀਂ
ਸਾਨੂੰ ਦੇ ਸਕਦੇ ਸਗੋਂ ਇਨਸਾਨ ਜਿਹੜੇ ਨੇ ਉਹ ਖੁਆਰ ਹੁੰਦੇ ਨੇ। ਗੁਰੂ ਪਾਤਸ਼ਾਹ ਜੀ ਨੇ ਥਾਂ ਪਰ ਥਾਂ ਇਹ ਚੀਜ਼ਾਂ ਸਾਨੂੰ ਦੱਸੀਆਂ ਨੇ। ਜਪਜੀ ਸਾਹਿਬ ਜੀ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ, ਔਰ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼ ਜਾਂ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿਤ ਕਠੋਰ ਦਿਓ, ਜਾਂ ਪਾਠ ਪੜਿਓ ਅਰਵੇਦ ਵਿਚਾਰਿਓ, ਨਿਵਲ ਭੂੰਗਮ ਸਾਧੇ, ਪੰਚ ਜਨਾ ਸੁ ਸੰਗ ਨਾ ਛੁਟਕਿਓ, ਅਹਿਕ ਅਹੰਗ ਬੁੱਧ ਬੰਧੇ। ਕਿੰਨੇ ਸਾਰੇ ਕਰਮ ਕਾਂਡ ਲੋਕ ਕਰ ਰਹੇ ਨੇ, ਲੇਕਿਨ ਮਾਨਸਿਕ ਸ਼ਾਂਤੀ ਨਹੀਂ ਮਿਲੀ ਇਹਨਾਂ ਭੇਖਾਂ ਦੇ ਨਾਲ, ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਈ, ਪਰਸਪਰ ਪਿਆਰ ਮੁਹੱਬਤ ਨਹੀਂ ਬਣਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਰਜਾ ਵਿੱਚ ਤੁਰਨ ਤੋਂ ਬਿਨਾਂ ਅਨੇਕਾਂ ਲੋਕ ਭੇਖ ਕਰਦੇ ਫਿਰਦੇ ਨੇ, ਸੱਚੇ ਆਪ ਖੁਆਈ। ਹੁਣ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਸੱਚੇ ਪ੍ਰਭੂ ਨੇ ਆਪ ਉਹਨਾਂ ਨੂੰ ਕੁਰਾਏ ਪਾਇਆ ਹੋਇਆ। ਆਪ ਦਾ ਮਤਲਬ ਰੱਬੀ ਹੁਕਮ ਦੇ ਅੰਦਰ ਉਹ ਕੁਰਾਏ ਪਏ ਹੋਏ ਨੇ, ਕਿਉਂਕਿ ਸਿਸਟਮ ਹੈ ਨਾ। ਹੁਣ ਅਸੀਂ ਕਾਰ ਤੇ ਜਾ ਰਹੇ ਹਾਂ ਤੇ ਕਾਰ ਤੇ ਅਸੀਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ, ਉਸੇ ਸਿਸਟਮ ਦੇ ਅੰਦਰ ਹੀ ਚੱਲ ਰਹੀ ਹੈ। ਇਹ ਨਹੀਂ ਕਿ ਹੁਣ ਸਿਸਟਮ ਬਦਲ ਨਹੀਂ ਗਿਆ, ਸਿਸਟਮ ਉਹੀ ਹੈ, ਪਰ ਅਸੀਂ ਆਪਣੀ ਮੰਜ਼ਿਲ ਤੋਂ ਦੂਰ ਜਾ ਰਹੇ ਹਾਂ ਕਿਉਂਕਿ ਡਾਇਰੈਕਸ਼ਨ ਗਲਤ ਲੈ ਲਈ ਨਾ। ਕਾਰ ਦਾ ਪੈਟਰੋਲ ਓਨਾ ਹੀ ਲੱਗਣਾ ਹੈ, ਤੁਹਾਡਾ ਟਾਈਮ ਓਨਾ ਹੀ ਲੱਗਣਾ ਹੈ, ਲੇਕਿਨ ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਦੂਰ ਪਹੁੰਚਾਏਗੀ। ਇਸੇ ਤਰ੍ਹਾਂ ਜਦੋਂ ਅਸੀਂ ਸਿਸਟਮ ਦੇ ਵਿੱਚ ਰਹਿੰਦੇ ਹਾਂ, ਸਾਡੇ ਜੀਵਨ ਦਾ ਜ਼ੋਰ ਓਨਾ ਹੀ ਲੱਗਦਾ ਹੈ, ਐਨਰਜੀ ਓਨੀ ਹੀ ਖਰਚ ਹੁੰਦੀ ਹੈ, ਪਰ ਸਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆਨੰਦ ਖੇੜਾ ਆਉਂਦਾ। ਤੇ ਜਦੋਂ ਅਸੀਂ ਸਿਸਟਮ ਨੂੰ ਫੋਲੋ ਨਹੀਂ ਕਰਦੇ, ਐਨਰਜੀ ਸਾਡੀ ਓਨੀ ਹੀ ਵੇਸਟ ਹੁੰਦੀ ਹੈ, ਪਰ ਜ਼ਿੰਦਗੀ ਦੇ ਅੰਦਰ ਦੁੱਖ ਹੁੰਦਾ ਹੈ। ਤਾਂ ਹੁਕਮ ਦੇ ਅੰਦਰ ਉਹ ਖੁੰਝੇ ਹੋਏ ਨੇ। ਹੁਣ ਇਹ ਹੁਕਮ ਦੀ ਸੂਝ ਕਿੱਥੋਂ ਮਿਲੇ? ਸਤਿਗੁਰ ਤੇ ਨਾਮ ਪਾਈਏ ਔਧੂ, ਜੋਗ ਜੁਗਤ ਤਾਂ ਹੋਈ। ਜੁਗਤ ਦਾ ਮਤਲਬ ਜੀਵਨ ਦਾ ਢੰਗ, ਤੇ ਜੋਗ ਦਾ ਮਤਲਬ ਹੈ ਪ੍ਰਭੂ ਦੇ ਨਾਲ ਮਿਲਣਾ। ਗੁਰੂ ਜੀ ਕਹਿੰਦੇ ਨੇ ਸਤਿਗੁਰ ਤੇ ਨਾਮ ਪਾਈਏ ਔਧੂ, ਸਤਿਗੁਰ ਤੋਂ ਗਿਆਨ ਦੀ ਦਾਤ ਮਿਲਦੀ ਹੈ, ਨਾਮ ਦੀ ਸੂਝ, ਹੁਕਮ ਦੀ ਸੂਝ ਗੁਰੂ ਤੋਂ ਮਿਲੇਗੀ। ਨਾਮ ਮਤਲਬ ਇੱਥੇ ਗਿਆਨ, ਹੁਕਮ ਯਾਨੀ ਹੁਕਮ ਦੀ ਜੋ ਸੂਝ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਮਿਲੇਗੀ। ਗੁਰੂ ਤੋਂ ਅਸੀਂ ਗਿਆਨ ਲਵਾਂਗੇ, ਗਿਆਨ ਗੁਰੂ ਦੀ ਅਗਵਾਈ ਵਿੱਚ ਤੁਰਾਂਗੇ, ਤਾਂ ਸਾਨੂੰ ਹੁਕਮ ਦੀ ਸੂਝ ਆਏਗੀ। ਜੋਗ ਜੁਗਤ ਤਾਂ ਹੋਈ, ਪ੍ਰਭੂ ਦੇ ਨਾਲ ਮਿਲਾਪ ਤਾਂ ਹੋਏਗਾ, ਉਹ ਜੀਵਨ ਦੀ ਜੁਗਤ ਤਾਂ ਮਿਲੇਗੀ। ਹੁਣ ਦੇਖੋ, ਜੀਵਨ ਦੀ ਜੁਗਤ ਤੇ ਰੱਬ ਦੇ ਮਿਲਾਪ ਦੀ ਔਰ ਵਿਛੋੜੇ ਦੀ, ਇਹ ਬੜੀ ਸੌਖੀ ਗੱਲ ਹੈ, ਸਿਰਫ ਥੋੜੀ ਸਮਝਣ ਦੀ ਲੋੜ ਹੈ। ਅਸੀਂ ਜ਼ਿੰਦਗੀ ਜੀ ਰਹੇ ਹਾਂ, ਧੀਆਂ ਪੁੱਤਰ ਭੈਣ ਭਰਾ ਨੇ, ਨਾਨਕੇ ਦਾਦਕੇ ਸਹੁਰੇ ਪੇਕੇ ਨੇ, ਇਹ ਸਾਰੇ ਰਿਸ਼ਤੇ ਨੇ, ਸੱਜਣ ਮਿੱਤਰ ਨੇ, ਜ਼ਿੰਦਗੀ ਦਾ ਜੀਵਨ ਦਾ ਢੰਗ ਹੈ ਨਾ। ਜੇ ਅਸੀਂ ਸੱਚਾਈ, ਦਇਆ, ਪ੍ਰੇਮ, ਮੁਹੱਬਤ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਆਪਣੇ ਫਰਜ਼ਾਂ ਨੂੰ ਪੂਰੇ ਕਰਦੇ ਹਾਂ, ਤਾਂ ਇਹ ਜੀਵਨ ਦੀ ਜੁਗਤ ਸਾਨੂੰ ਪ੍ਰਭੂ ਦੇ ਨਾਲ ਮਿਲਾਉਂਦੀ ਹੈ। ਤੇ ਜੇ ਅਸੀਂ ਇੱਕ ਦੂਜੇ ਦੇ ਨਾਲ ਈਰਖਾ, ਦੁਐਸ਼, ਵੈਰ ਵਿਰੋਧ ਕਰਦੇ ਹਾਂ, ਤਾਂ ਉਹ ਜੀਵਨ ਦੀ ਜੁਗਤ ਰੱਬ ਨਾਲੋਂ ਵਿਛੋੜ ਦਿੰਦੀ ਹੈ। ਸ਼ੁਭ ਗੁਣ ਹੀ ਰੱਬ ਹੈ ਤੇ ਰੱਬ ਵੀ ਸ਼ੁਭ ਗੁਣ ਹੈ, ਰੱਬੀ ਗੁਣਾਂ ਦੇ ਨਾਲ ਜੁੜਨਾ ਹੀ ਰੱਬ ਦੇ ਨਾਲ ਜੁੜਨਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋਗ ਦੀ ਜੁਗਤੀ, ਜੀਵਨ ਦਾ ਜਿਹੜਾ ਢੰਗ ਹੈ ਨਾ, ਉਹ ਹੀ ਸਾਨੂੰ ਪ੍ਰਭੂ ਦੇ ਨਾਲ ਮਿਲਾਉਣ ਵਾਲਾ ਬਣ ਜਾਂਦਾ ਹੈ। ਜਦੋਂ ਅਸੀਂ ਗੁਰੂ ਤੋਂ ਗਿਆਨ ਦੀ ਦਾਤ ਹਾਸਲ ਕਰਦੇ ਹਾਂ, ਤਾਂ ਸਾਡਾ ਜੀਵਨ ਦਾ ਢੰਗ ਹੀ ਜਿਹੜਾ ਹੈ ਭਗਤੀ ਬਣ ਜਾਏਗਾ, ਮਿਲਾਪ ਦਾ ਕਾਰਨ ਬਣ ਜਾਏਗਾ। ਪਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਮੇ ਮੁਕਤ ਨਾ ਹੋਈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ, ਆਪਣੇ ਮਨ ਦੇ ਵਿੱਚ ਵੀ ਵਿਚਾਰ ਕਰਕੇ ਵੇਖ ਲਓ, ਹੁਕਮ ਰਜਾ ਵਿੱਚ ਤੁਰਨ ਤੋਂ ਬਿਨਾਂ ਕਦੇ ਵੀ ਬੰਦਾ ਮੁਕਤ ਨਹੀਂ ਹੁੰਦਾ, ਵਿਕਾਰਾਂ ਤੋਂ, ਦੁੱਖਾਂ ਤੋਂ ਖੁਲਾਸੀ ਨਹੀਂ ਹੁੰਦੀ। ਗੁਰੂ ਜੀ ਕਹਿੰਦੇ ਨੇ ਆਪਣੇ ਮਨ ਚ ਵਿਚਾਰ ਕਰਕੇ ਵੇਖ ਲਓ, ਆਪਣੇ ਜਾਤੀ ਤਜਰਬੇ ਤੋਂ ਵੇਖ ਲਓ। ਹੁਣ ਅਸੀਂ ਆਪਣੇ ਜਾਤੀ ਤਜਰਬੇ ਤੋਂ ਦੇਖ ਸਕਦੇ ਹਾਂ ਨਾ, ਆਪ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ, ਆਪਣੇ ਜੀਵਨ ਨੂੰ ਪਰਖ ਸਕਦੇ ਹਾਂ ਕਿ ਜਦੋਂ ਪਰਿਵਾਰਕ ਤੌਰ ਤੇ ਕਈ ਵਾਰ ਛੋਟੀ ਮੋਟੀ ਗੜਬੜ ਹੁੰਦੀ ਹੈ, ਤਾਂ ਉਦੋਂ ਕਿਸੇ ਨੇ ਸਿਸਟਮ ਤੋੜਿਆ ਹੁੰਦਾ ਨਾ, ਤਾਂ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਤਾਂ ਹੁਕਮ ਰਜਾ ਦੇ ਅੰਦਰ ਰਹਿਣ ਤੋਂ ਬਿਨਾਂ ਕਦੇ ਵੀ ਜੀਵਨ ਵਿੱਚ ਸਫਲਤਾ ਨਹੀਂ ਹੁੰਦੀ। ਗੁਰੂ ਸਾਹਿਬ ਜੀ ਕਹਿੰਦੇ ਨੇ ਚੀਜ਼ ਤੁਸੀਂ ਆਪਣੇ ਮਨ ਵਿੱਚ ਵੀ ਵਿਚਾਰ ਕੇ ਵੇਖ ਲਓ। ਹੁਣ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਤੇਰੀ ਗਤਮਿਤ ਤੂੰ ਹੈ ਜਾਣੈ,
क्या को आख वखाने। गत का मतलब हालात अवस्था जिथे जाके प्रभु नूं जाणिया जा सके। मित का मतलब मिनती, यानी तू किहो जिहा है, केडा वड्डा है, तेरी इस गत मित नूं तू आप ही जाणदा प्रभु, यानी प्रभु का अंत नहीं पाया जा सकता। रब का यह संसार केडा वड्डा है, इहदा हुण असीं अंत नहीं पा सकते कि इथों यह दुनिया शुरू हुंदी है ते इत्थे खत्म हो जांदी है। किन्ने खंड मंडल ब्रह्मांड ने, आकाश गंगावां ने, यूनिवर्स कित्थों तक फैलिया होया है, इहदी गिनती मिनती करनी इंपोसीबल है। किन्ने कित्थे गुण ने, किन्नी शक्ति है, किन्ना कसी विकास कर सकते हैं, यानी सारा कुछ गिनती मिनती तो बाहर है। हे प्रभु, अपनी गत मित नूं, अपने मित नूं, अंदाजे नूं तू केडा वड्डा है, तू ही जानदा है, तेरा अंत नहीं पाया जांदा। तू आपे गुप्ता, आपे प्रगट, आपे सब रंग मान है, तू आप ही लुकिया होया है। गुप्ता का मतलब लुकिया होया, जिहड़ा दिसदा नहीं। आपे प्रगट, तू आप ही प्रगट है, दिस रहा है, यानी सूक्ष्म ते अस्थूल, निर्गुण और सरगुण, अरूप और स्वरूप, निरंकार और संसार, तू आप ही है। निरंकार और संसार तू आप ही है, निर्गुण और सरगुण तू आप ही है, लुकिया और प्रगट तू आप ही है, दिसता अनदिसता तू ही है, तेरे तो बिना कोई भी नहीं। यानी पानी और लहरां एको ही चीज है ना, सोना और सोने दे गहने एको ही चीज है। इस तरह गुरु जी कहंदे ने, सूक्ष्म और अस्थूल, दिसता और अनदिसता तू ही है, तेरे तो बिना कोई होर है ही नहीं है। देखो जे ये गल दे उत्ते विश्वास आ जाए, साडा ये समझ आ जाए, बंदे नूं विश्वास आ जाए, तो फिर रब दे दर्शन ते चफेरे हो रहे ने ना। प्रगट आप ही है, अदिसता जगत रब दा ही रूप है ना। ये विश संसार तुम देख दे, ये हर का रूप है, हर रूप नदरी आया। आपे सब रंग माने, तू आप ही सारे रंग मान रहा है, आप ही सारियां खुशियां भोग रहा है, अंदर है ना, सारियां दे व्यापक है ना, वो फुल दे अंदर आप ही खिड़िया हुआ है। तू पेड़ शाख तेरी फूली, तू सूखम हुआ अस्थूली, सहस तब नैन नन नैन है तुहे कहो, सहस मूरत नना एक तो ही, ता तू आप ही सारे रंग मान रहा है। साधिक सिद्ध गुरु बहु चेले, खोजत फिरें फुरमाने। इत्थे साधिक सिद्ध गुरु, इन्हां ते थोड़ा थोड़ा रुकदे जावांगे, इसका उच्चारण एवें करांगे, साधिक सिद्ध गुरु बहु चेले, खोजत फिरें फुरमाने। साधिक का मतलब साधना करने वाले, सिद्ध का मतलब साधना दे विच पुगे हुए जोगी जिन्होंने मास्टरी कर ली है, फुरमाने का मतलब हुक्म दे अंदर, कि साधना करन वाले भी जोग दे विच पुगे हुए भी, गुरु भी ते उना दे चेले भी, ये सारे तेनू खोज दे फिर दे ने, तेनू लभ दे फिर दे ने। जदों कि तू प्रगट है चार च फेरे, तेनू खोज दे फिर दे ने, लभ दे फिर दे ने, जदों कि तू सारे दे सारे थावां ते प्रगट है। मांगे है नाम पाए ए पिख्या, तेरे दर्शन को कुर्बान है। तेरे तो गुणा की दात मंगते ने, इथों ये भिख्या लैके तेरे दीदार तो सदके होना चाहते ने, कि सानू तेरे दर्शन हो जाण, तेरे गुणा की, तेरे नाम की भिख्या मंगते ने, हुक्म की भिख्या मंगते ने। अविनाशी प्रभ खेल रचाया, गुरमुख सोझी हुई। गुरमुख का मतलब है गुरु दे राही, अविनाशी का मतलब प्रभु ने, जेड़ा नाश तो रहत है, प्रभु ने यह जगत एक खेड रची है, खेल बनाया हुआ है, ते इसनु कोई गुरमुख मनुख समझदा है। गुरु दे दसे राह ते तुरन वालियां वाला, जो गुरु ज्ञान दी अगवाई विच तुरदा है, जिसनु कॉमन सेंस मिली है, विवेक बुद्ध मिली है, वो इस चीज नु समझदा है कि यह दुनिया तां प्रभु दा एक खेल है। वो इनू जंग दा अखाड़ा नहीं बनांदा, वो इनू खेल दी तरह समझदा है, उन्हें आप ही खेल रचा है, ते जगत दे अंदर खेल रहा है। नानक सब जुग आपे वरतै, दूजा अवर ना कोई। जुग दा मतलब समा, सब जुग दा मतलब सारे समयां दे अंदर। हुण कईआं ने ना समयां दी वंड कीती है कि लखां साल तक पहला
सतयुग सी फिर त्रेता द्वापर सी उस तो बाद फिर कलयुग आ गया एने समय कलयुग की उम्र है फिर कलयुग खत्म होके सतयुग आ जाएगा इस समय की वंड ब्राह्मण की है गुरु नानक देव जी इस समय की वंड के नाल सहमत नहीं हैं और ना ही गुरमत इन्हां युगां नूं मनदी है इस ढंग दे नाल जिवें कि आम लोग मनदे ने इत्थे शब्द जिहड़े प्रचलित ने उह वरते गए ने इत्थे सतयुग दा मतलब है सारे युगां विच यानी हर वक्त हर समय विच जो बीत गया समा सी जो हुण चल रहा है जो आउण वाला है हुण कईआं लोकां दे मन दे अंदर इहना वहिम है कि सतयुग दे अंदर सारे लोग बड़े चंगे हुंदे सन हजारां साल लंबी उमर हुंदी सी सारे ही लोग बड़े चंगे सी भले सी इंज कहा जांदा है पर गुरु जी कहिंदे ने ऐसा कुछ नहीं सी सतयुग जिन्नू तुसीं कहिंदे हो उहदे विच वी उह लोक ही चंगे सन जो सच दे अंदर जुड़े हुए सन सतयुग दे अंदर उह ही सन लोक जिहड़े चंगे लोक सन बाकी बुरियाईआं वी इसे तरह ही सी द्वापर त्रेते विच वी बंदे उहनूं ही गिणिआ जांदा सी जिन्हां ने अपनी होमे नूं खतम कर लिया सी ते कलयुग दे अंदर जिसनूं तुसीं कलयुग कह रहे हो इत्थे वी उही लोक माड़े ने जो माड़े कर्म करदे ने जिवें आपां पहलां वी विचार कर चुके हां कि सतयुग दे अंदर जिन्नू सतयुग कहा जांदा है तां ब्रह्मा सतयुग विच ही होया ना जदो आप वेद शास्त्रां नूं पढ़ोगे तां आप नूं इह कहानियां मिलणगीआं कि उह अपनी ही पुत्री दे उत्ते आशक है तां जिस युग दे अंदर प्यो अपनी ही बेटी दे उत्ते नजर माड़ी रखदा होवे तां उस युग नूं किवें चंगा कहोगे जेकर आपां त्रेते विच राम जी नूं मनदे हां ते नाल रावण वी ते है ना जे द्वापर विच कृष्ण नूं मन्नीए ते नाल कंस वी ते है ना ते कलयुग दे अंदर सारे माड़े थोड़े नहीं दस गुरु साहिबान कलयुग विच ही होए ने जिन्हों असीं कलयुग कहिंदे हां हजारां लोग अज वी किन्ने किन्ने भले भले लोग ने सारे भगत जन जिन्हां दी बाणी असीं पढ़ रहे हां उह कलयुग विच ही होए ने जिन्हों कलयुग कहिंदे हां तां युग दा मतलब हुंदा है समां कलयुग दा मतलब कल कलेश कल कलेश दा समा तां गुरु जी कहिंदे ने नानक सब युग आपे वरतै हर समय प्रभु आप ही मौजूद है दूजा अवर ना कोई दूजा कोई है ही नहीं उहदे तों बिना हर युग दे अंदर रब ही है हर थां ते उहदे तों बिना कोई दूजा है ही नहीं है जो दिसै सो तेरा रूप गुण निधान गोविंद अनूप देखो किन्ने प्यार दे नाल साडियां किन्नियां सारियां समस्यावां दा हल गुरु साहिब ने कीता है और उन्हां सिद्धां योगियां नूं इह चीज़ां समझाईयां ने जो समाधियां दे चक्कर विच पए ने कि शायद दुनिया दा त्याग ही भगती है कि शायद मतलब ब्रह्मचर्ज रखना गृहस्थ दा त्याग ही भगती है समाधियां लाणियां भगती ने जां गुफावां विच वड़ना पहाड़ां विच रहना जंगलां विच रहना कंद मूल खाना इह चीज़ां भगती है इह तां उह सिद्ध कर ही रहे सन होर लोक वी कर रहे सन अज ठीक उन्हां चीजां दी नकल असी दूजे रूप दे विच कर रहे हां उह चीजां साडे महकमां ते गल पा दित्तियां गईआं ने जां बंदे ने पा लईआं ने करम उह ही ने सिर्फ रूप बदलिया है कपड़े बदल गए ढंग बदल गया है तां गुरु पातशाह जी सानू समझा रहे ने कि अदिसता सारा जगत उस प्रभु दा रूप है हर समय उह हर थां दे उत्ते मौजूद है गुरु ज्ञान राही जिंदगी जी के रबी हुकम नूं समझ के रबी हुकम दे अंदर जिंदगी जींदिआं शुभ गुणां दे धारनी हुंदिआं होइआं इस जीवन नूं सफल कीता जा सकदा है संसार नूं बेगम पूरा बनाया जा सकदा है समाज दा वी विकास होएगा संसार दा विकास होएगा साडा आत्मक जीवन पलरेगा हर इंसान नूं खुशी मिलेगी जदों हर इंसान सचार होण दा यतन करेगा क्या भवी है सच सूचा होए ये सिद्ध गोश दी पावन बाणी दा केंद्री भाव है कि क्यों पौंदे फिरना इस दुनिया दे विच क्यों भटकदे फिरना क्योंकि जो बंदा सच नूं अपना लैंदा उह सुचा हो जांदा है सुचा हो जांदा ना सूचे इह ना आखिए बहन दे पिंडा तोए सूचे सही नानका जिन मन वसिया सोए सुचे उहनां नूं नहीं कहिंदे जिहड़े नहा धो के आराम नाल बहि जांदे ने सुचे उह ने जिन्हां दे मन दे अंदर रब्बी गुण वस गए ने जे जो असीं जपजी साहिब जी दीआं आरंभक पंक्तियां विच पहली पौड़ी विच ही विचार रहे हां किव सचियारा हुई है किव कूड़े टुटे पाल कि सोचे सोचना होवी कि बाहरी पवित्रता दे नाल मन दी सुचमता नहीं हुंदी
चुप्पे चुप ना होवे दा मतलब समाधियां लान नाल मौन धारण नाल मन दी शांति नहीं मिलदी, मन अंदर गुण नहीं आंदे, सच्चाई नहीं आंदी। फिर तृष्णा दे अधीन रहा कदे भी मनुख नूं संतोख नहीं मिलदा। ते सह सियाणपा लख होहे दा मतलब कि हजारां चतुराईयां कर करके लोकां नूं इमोशनल ब्लैकमेल कर करके चतुराईयां करके कदे भी मनुख प्रभु दे नाल नहीं मिलदा। इसलिए सवाल कीता सी कि सच्चारा हुई है, उत्तर दिता सी हुकम रजाई चलना कि साड़ी प्रॉब्लम यह है कि असी सच्चार किवें होईए, साडे अंदरों कूड़ दीआं दीवारां किवें टुटन। जो मनुखां विच दीवारां पाईआं होईआं ने, ब्राह्मण क्षत्री शूद्र वैश जातां पातां दीआं, मेर तेर दीआं, रंग नसल दीआं, होर जो समाज अंदर दीवारां ने विकारां दीआं, इन्हां नूं किवें तोड़ीए और बंदा मन वचन और कर्म करके सच्चा किवें होवे, ਤਾਂ ਉਹਦੇ ਲਈ ਇੱਕੋ ਹੀ ਸਾਧਨ ਦੱਸਿਆ ਹੈ, ਹੁਕਮ ਰਜ਼ਾਈ ਚੱਲਣਾ, ਰਜਾ ਦੇ ਅੰਦਰ ਤੁਰਨਾ, ਗੁਰੂ ਗਿਆਨ ਦੇ ਚਾਨਣੇ ਵਿੱਚ ਜੀਣਾ। ਤਾਂ ਗੁਰੂ ਜੀ ਕਹਿ ਰਹੇ ਨੇ, ਹੇ ਸਿੱਧ ਜਨੋ, ਨਾਨਕ ਸਭ ਯੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ, ਹਰ ਸਮੇਂ ਪ੍ਰਭੂ ਆਪ ਹੀ ਵਰਤ ਰਿਹਾ ਹੈ, ਆਪ ਹੀ ਹਰ ਥਾਂ ਤੇ ਵਸ ਰਿਹਾ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ।